ਪਰ ਮੈਨੂੰ ਐਂ ਲੱਗਦਾ ਵੀ 24 ਦੇ ਵਿੱਚ ਮੋਦੀ ਦਾ ਕਿਲਾ ਇਹ ਲੋਕ ਢਾ ਦੇਣਗੇ, ਖਿਲਾਰ ਦੇਣਗੇ। ਉਹ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਹੀ ਖਿੜਦਾ ਹੁੰਦਾ ਕਹਿੰਦੇ, ਅਤੇ ਲੋਕ ਚਿੱਕੜ ਨੂੰ ਸਾਫ਼ ਕਰ ਦੇਣਗੇ। ਆਹ ਝੰਡੇ ਆ ਜਿਹੜੇ ਨਜ਼ਰ ਆਉਂਦੇ, ਇਹ ਚਿੱਕੜ ਨੂੰ ਸਾਫ਼ ਕਰ ਦੇਣਗੇ। ਅਤੇ ਸਾਨੂੰ ਪੂਰੀ ਆਸ ਹੈ ਕਿ ਹੋਰ ਹੱਲਾ ਮਾਰੋ, ਅਤੇ ਇਹ ਜਰਜਰੀ ਕੰਧ ਹੈ ਮੋਦੀ ਦੀ। ਬਾਦਲ ਕਹਿੰਦੇ ਬੀਜੇਪੀ ਦਾ ਤਾਂ ਗਧਾ ਲੁੱਟਿਆ, ਮੈਂ ਕਿਹਾ ਸੀ ਗਧਾ ਗਧਾ ਨਹੀਂ ਲੁੱਟਦਾ ਹੁੰਦਾ ਪੋਲੇ ਦਾ, ਮੈਂ ਬਸ ਗਧਾ ਲੁੱਟਿਆ ਦਾਂਗੇ, ਹੋਰ ਕੁਛ ਨਹੀਂ ਕਹਿੰਦੇ ਅਸੀਂ। ਗਧਾ ਕਿਵੇਂ ਲੁੱਟਿਆਓਗੇ ਬਾਦਲ ਅਤੇ ਬੀਜੇਪੀ ਦਾ? ਦੋਵਾਂ ਦਾ ਲੱਤਾਂ ਤਹਾ ਹੋ ਜਾਣੀਆਂ ਗਧੇ ਦੀਆਂ। ਅੱਛਾ, ਕੀੜਿਆਂ ਦਾ ਭੌਣ ਹੁੰਦਾ ਨਾ, ਜਿਵੇਂ ਮੈਂ ਉਦਾਹਰਨ ਦੇ ਦਿਆਂ, ਕੀੜਿਆਂ ਦੇ ਭੌਣ ਦੀ ਤਰ੍ਹਾਂ ਜਿਹੜੇ ਲੋਕ ਹੈਗੇ, ਆਹ ਜਿਹੜਾ ਗਰਾਊਂਡ ਆ ਰਾਮਲੀਲਾ ਗਰਾਊਂਡ ਹੈ, ਇਹਦੇ ਵਿੱਚ ਕੀੜਿਆਂ ਦੇ ਭੌਣ ਦੀ ਤਰ੍ਹਾਂ ਪਹੁੰਚ ਰਹੇ ਹੈ। ਅਰੱਲਾ ਸਾਹਿਬ ਜਿਹੜੇ ਦਿੱਲੀ ਨੂੰ ਪਹਿਲਾਂ ਚੱਲੇ ਸੀ, ਉਹ ਛੰਭੂ ਅਤੇ ਖਨੌਰੀ 'ਤੇ ਬੈਠੇ ਨੇ, ਤੁਸੀਂ ਕਿਹੜੇ ਤਰੀਕਿਆਂ, ਕਿਹੜੇ ਰਸਤਿਆਂ ਅਤੇ ਕਿਹੜੇ ਫਾਰਮੂਲੇ ਨਾਲ ਆਣ ਡਟੇ? ਦੇਖੋ ਬਖਸ਼ੀਸ਼ ਜੀ, ਮੈਂ ਇਹ ਕਹਿਣਾ ਚਾਹੁੰਦਾ ਵੀ ਅਕਲਾਂ ਦੇ ਨਾਲ ਆਏ ਹਾਂ ਅਸੀਂ, ਕਿਸੇ ਦੀ ਮਾਂ ਦੀ ਨਹੀਂ ਹੈ ਦਿੱਲੀ, ਇਹ ਲੋਕਾਂ ਦੀ ਦਿੱਲੀ ਹੈ। ਲੋਕ ਆ ਕਬਜ਼ਾ ਕਰਕੇ ਬੈਠੇ ਹੋਏ ਨੇ, ਆ ਦਿੱਲੀ ਦੀ ਹਿੱਕ ਦੇ ਉੱਤੇ ਗੋਡਾ ਧਰਿਆ ਹੋਇਆ ਲੋਕਾਂ ਨੇ, ਆ ਪੰਡਾਲ ਦੇਖ ਲਿਓ, ਅਤੇ ਹਲੇ ਕੋਈ ਸਟੇਜ ਦੇ ਉੱਤੇ ਲੀਡਰ ਨਹੀਂ ਆਇਆ, ਸਟੇਜ ਖਾਲੀ ਪਈ ਹੈ, ਲੇਕਿਨ ਲੋਕਾਂ ਨੇ ਖਚਾ ਖਾਚਾ ਜਿਹੜਾ ਇਹ ਭਰ ਦਿੱਤਾ ਪੰਡਾਲ। ਤੋ ਇਸ ਕਰਕੇ ਕੋਈ ਰੋਕ ਰੁਕਾਵਟ ਨਹੀਂ ਹੈ, ਅਤੇ ਲੇਕਿਨ ਜਿਹੜੇ ਲੋਕ ਹੈਗੇ ਇਹ ਐਸ ਕੇ ਐਮ ਜਿਹਨੂੰ ਅਸੀਂ ਕਹਿੰਦੇ ਹਾਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਹੈਗਾ, ਉਹ ਅੱਜ ਇੱਥੇ ਇੱਕ ਜੁੱਟ ਦਿਖਾਈ ਦੇ ਰਿਹਾ, ਔਰ ਲੋਕ ਇੱਥੇ ਪਹੁੰਚੇ ਹੋਏ ਨੇਗੇ, ਔਰ ਭਾਂਤ ਭਾਂਤ ਦੇ ਝੰਡੇ, ਭਾਂਤ ਭਾਂਤ ਦੀਆਂ ਪੱਗਾਂ, ਚੁੰਨੀਆਂ ਉਹ ਪੰਡਾਲ ਦੇ ਵਿੱਚ ਨਜ਼ਰ ਆ ਰਹੀਆਂ ਨੇ, ਤੁਸੀਂ ਦੇਖ ਰਹੇ ਹੋ ਆਪਣੇ ਕੈਮਰੇ ਰਾਹੀਂ, ਲੋਕਾਂ ਨੂੰ ਤੁਸੀਂ ਇਹ ਦਿਖਾ ਸਕਦੇ ਹੋ। ਔਰ ਇੱਕ ਵਿਸ਼ਾਲ ਜਿਹੜਾ ਹੈਗਾ, ਉਤਸ਼ਾਹਜਨਕ, ਬੜਾ ਜੋਸ਼ੀਲਾ ਜਿਹੜਾ ਇਕੱਠ ਹੈ ਇਹ ਹੈਗਾ। ਅਤੇ ਮੈਨੂੰ ਇਉਂ ਲੱਗਦਾ ਕੇਂਦਰ ਸਰਕਾਰ ਨੇ ਇੱਕ ਬੇਈਮਾਨੀ ਜਿਹੜੀ ਕੀਤੀ ਹੈ, ਰਾਮਲੀਲਾ ਗਰਾਊਂਡ ਦੇ ਵਿੱਚ ਚਿੱਕੜ ਕੀਤਾ ਜਾਣ ਬੁੱਝ ਕੇ ਪਾਣੀ ਛੱਡਿਆ ਹੋਇਆ ਹੈ, ਪਰ ਲੋਕ ਹੈ ਜਿਹੜੇ ਇਹ ਛੋਟੀਆਂ ਮੋਟੀਆਂ ਜਿਹੜੀਆਂ ਇਹ ਗੰਦੀਆਂ ਕਰਤੂਤਾਂ ਇਹਨਾਂ ਨੂੰ ਨਕਾਰ ਦੇਣਗੇ। ਔਰ ਜਿਹੜਾ ਵਿਸ਼ਾਲ ਇਕੱਠ ਹੈ ਇਹ ਇੱਥੇ ਅੱਜ ਨਜ਼ਰ ਆ ਰਿਹਾ, ਮੈਨੂੰ ਐਂ ਲੱਗਦਾ ਭਾਵੇਂ ਇੱਥੇ ਬਹੁਤੀਆਂ ਜਥੇਬੰਦੀਆਂ ਦਾ ਕਿਸੇ ਦਾ ਵੋਟਾਂ ਵਾਲੇ ਪ੍ਰਬੰਧ ਨਾਲ ਕੋਈ ਬਹੁਤਾ ਲੈਣ ਦੇਣ ਨਹੀਂ ਵੀ ਹੈਗਾ, ਪਰ ਔਰ ਜਿਹੜੇ ਧਰਮਾਂ ਦੇ ਪੱਤੇ ਖੇਡ ਰਿਹਾ ਬੰਦਾ, ਮੰਦਰ ਬਣਾ ਤਾ, ਅਸੀਂ ਸਤਿਕਾਰ ਕਰਦੇ ਹਾਂ ਮੰਦਰ ਦਾ, ਗੁਰਦੁਆਰੇ ਦਾ, ਮਸੀਤ ਦਾ, ਚਰਚ ਦਾ, ਜਿਹੜਾ ਮਰਜ਼ੀ ਧਰਮ ਹੋਵੇ ਯਾਰ, ਸਲੂਟ ਹੈ ਇਹ, ਕੋਈ ਬੰਦਾ ਕਿੱਥੇ ਜੰਮ ਪਿਆ, ਕਿਹੜੇ ਧਰਮ ਦੇ ਵਿੱਚ, ਸਭ ਦਾ ਸਤਿਕਾਰ ਹੈ। ਲੇਕਿਨ ਧਰਮ ਨੂੰ ਸਿਆਸਤ ਵਾਸਤੇ, ਕੁਰਸੀ ਵਾਸਤੇ ਇੱਕ ਪੱਤੇ ਵਜੋਂ ਵਰਤਣਾ, ਇਹ ਬਹੁਤ ਵੱਡੀ ਬੇਈਮਾਨੀ ਹੈ। ਇਹ ਬੇਈਮਾਨੀ ਅਸੀਂ ਲੋਕਾਂ ਦੇ ਵਿੱਚ ਨੰਗਾ ਕਰਾਂਗੇ। ਇਹ ਮੰਦਰ ਇਸ ਲਈ ਨਹੀਂ ਬਣਾਇਆ ਗਿਆ ਕਿ ਹਿੰਦੂ ਧਰਮ ਦੇ ਵਿੱਚ ਕੋਈ ਇਹ ਜਿਹੜਾ ਕੋਈ ਇਹ ਵੱਡਾ ਕੋਈ ਮਾਰਕਾ ਮਾਰਿਆ ਇਹਨਾਂ ਨੇ, ਗੱਲ ਇਹ ਨਹੀਂ ਹੈ। ਅਸਲ ਦੇ ਵਿੱਚ ਜਿਹੜੇ ਹੈਗੀ ਹੈ ਬੀਜੇਪੀ ਦੀ ਸਰਕਾਰ ਹੈ, ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਧਰਮ ਨੂੰ ਇੱਕ ਪੱਤੇ ਵਜੋਂ ਇਹ ਵਰਤ ਰਹੀ ਹੈ। ਅਤੇ ਮੈਨੂੰ ਇੰਨਾ ਕੁ ਅਕਲ ਹੈਗੀ ਹੈਗੀ, ਮੈਂ ਸ਼ਾਇਦ ਗਲਤ ਹੋ ਸਕਦਾ, ਕੋਈ ਭਰਾ ਤੁਹਾਡੇ ਕਮੈਂਟ ਕਰਨਗੇ ਮੈਨੂੰ ਪਤਾ ਹੈ, ਔਰ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਜਦੋਂ ਇਹੋ ਜਿਹੇ ਰਾਜਨੀਤਿਕ ਟੱਲ ਖੜਕਦੇ ਆ ਨਾ, ਤਾਂ ਉਹ ਫਿਰ ਕਿਸੇ ਪੁਜਾਰੀ ਦਾ ਢਿੱਡ ਵੱਡਾ ਹੋ ਜਾਂਦਾ ਹੈ, ਪਰ ਜਦੋਂ ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਟੱਲ ਘੰਟੀਆਂ ਖੜਕਦੀਆਂ, ਉਦੋਂ ਇਹਨਾਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਬੱਚਿਆਂ ਦੀ ਤਕਦੀਰ ਬਦਲਦੀ ਹੈ। ਅਤੇ ਸਾਨੂੰ ਚਾਹੀਦਾ ਕਿ ਮੋਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ, ਜਿੰਨੀ ਦੇਰ ਹੈਗੇ ਹੋ ਸਕੂਲਾਂ ਨੂੰ, ਕਾਲਜਾਂ ਨੂੰ, ਪਬਲਿਕ ਸੈਕਟਰ ਨੂੰ ਮਜ਼ਬੂਤ ਕਰੋ, ਆਹ ਲੋਕ ਮੰਗ ਕਰਨ ਆਇਆ ਤੁਹਾਡੇ ਕੋਲੋਂ। ਨਹੀਂ, ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ, ਔਰ ਦੂਜੀ ਗੱਲ ਇਹ ਕਹਿਣੀ ਚਾਹੁੰਦਾ ਮੈਂ ਤੁਹਾਡੇ ਚੈਨਲ ਦੇ ਰਾਹੀਂ ਕਿ ਇਸ ਮੋਦੀ ਸਰਕਾਰ ਨੇ ਦੋ ਵੱਡੇ ਜ਼ਖਮ ਦਿੱਤੇ ਆ ਪੰਜਾਬ ਨੂੰ ਪਿਛਲੇ ਦਿਨਾਂ ਦੇ ਵਿੱਚ। ਇੱਕ ਤਾਂ ਕੋਟਲੀ ਕਲਾਂ ਪਿੰਡ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ, ਉੱਥੋਂ ਦਾ ਮੁੰਡਾ ਅੰਮ੍ਰਿਤਪਾਲ, ਉਹ ਬਾਪੂ ਦੇ ਸਿਰ 'ਤੇ ਕਰਜ਼ੇ ਦੀ ਪੰਡ ਸੀ, ਉਹਨੂੰ ਹੌਲਾ ਕਰਨ ਵਾਸਤੇ ਕਿ ਮੈਂ ਕਰਜ਼ਾ ਲਾਉਂ, ਉਹ ਫੌਜੀ ਬਣਿਆ, ਫੌਜ ਦੇ ਵਿੱਚ ਭਰਤੀ ਹੋਇਆ ਮੁੰਡਾ, ਉਹਨੂੰ ਕਹਿੰਦੇ ਅਗਨੀਵੀਰ ਹੈ ਜੀ, ਉਹ ਮੁੰਡਾ ਸ਼ਹੀਦ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦ ਹੋਇਆ, ਲੇਕਿਨ ਉਹਦੀ ਡੈੱਡ ਬੋਡੀ ਉੱਥੇ ਭੇਜਤੀ ਇਸ ਤਰ੍ਹਾਂ ਚੱਕ ਕੇ ਜਿਵੇਂ ਕਿਤੇ ਕੋਈ ਲਾਵਾਰਸ ਲਾਸ਼ ਹੁੰਦੀ ਹੈ, ਨਾ ਉਹਦੇ ਉੱਤੇ ਤਿਰੰਗਾ ਪਾਇਆ, ਨਾ ਕੋਈ ਸਲਾਮੀ ਦਿੱਤੀ, ਉਹ ਜਿਹੜੇ ਤਿਰੰਗੇ ਝੰਡੇ ਦੀ ਖਾਤਰ ਉਹ ਮੁੰਡਾ ਸ਼ਹੀਦ ਹੋਇਆ, ਉਹ ਤਿਰੰਗਾ ਵੀ ਨਹੀਂ ਉਹਦੀ ਡੈੱਡ ਬੋਡੀ ਦੇ ਉੱਤੇ ਪਾਇਆ।
ਇਹ ਸਾਨੂੰ ਇੱਕ ਵੱਡਾ ਜ਼ਖਮ ਦਿੱਤਾ ਇੱਥੋਂ ਦੀ ਸਰਕਾਰ ਨੇ, ਅਤੇ ਮੈਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਮੋਦੀ ਸਰਕਾਰ ਇਹ ਅਗਨੀਵੀਰ ਵਾਲੀ ਸਕੀਮ ਬਦਲੇ ਨਹੀਂ। ਅਸੀਂ ਤੁਹਾਡੇ ਚੈਨਲ ਰਾਹੀਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜੇ ਇਹੋ ਜਿਹੀ ਗੰਦੀ ਸਕੀਮ ਨਹੀਂ ਬਦਲਦੇ ਤਾਂ ਇਹ ਮੋਦੀ ਸਰਕਾਰ ਨੂੰ ਬਦਲ ਦਿਓ ਯਾਰ, ਇਹਨੂੰ ਢਹਿ ਢੇਰੀ ਕਰ ਦਿਓ, ਇਹ ਲੋਕ ਵਿਰੋਧੀ ਸਰਕਾਰ ਹੈ। ਔਰ ਦੂਸਰਾ, ਸ਼ੰਭੂ ਬਾਰਡਰ ਦੇ ਉੱਤੇ ਵੀ ਇੱਕ ਮੁੰਡੇ ਦੀ ਮੌਤ ਹੋਈ ਹੈ, ਸ਼ੁਭਕਰਨ ਦੀ ਬੱਲੋ ਪਿੰਡ ਜ਼ਿਲ੍ਹਾ ਬਠਿੰਡਾ ਰਾਮਪੁਰਾ ਫੂਲ ਤਹਿਸੀਲ ਦਾ, ਉਹ ਵੀ ਮਾਪਿਆਂ ਦਾ ਇਕਲੌਤਾ ਬੇਟਾ ਸੀ। ਇਸ ਤਰ੍ਹਾਂ ਇਕੱਲੇ ਇਕੱਲੇ ਜਿਹੜੇ ਮੁੰਡੇ ਹੈ ਚਾਹੇ ਫੌਜ ਦੇ ਵਿੱਚ ਸ਼ਹੀਦ ਹੁੰਦੇ ਆ ਉਹਨਾਂ ਨੂੰ ਸਤਿਕਾਰ ਕੋਈ ਨਹੀਂ, ਕਿਸਾਨ ਮੋਰਚਿਆਂ ਦੇ ਵਿੱਚ ਸਾਡੇ ਨੌਜਵਾਨ ਸ਼ਹੀਦ ਹੁੰਦੇ ਆ ਉਹਨਾਂ ਲਈ ਕੋਈ ਮੁਆਵਜ਼ਾ ਨਹੀਂ, ਕੋਈ ਨੌਕਰੀ ਨਹੀਂ, ਕੋਈ ਗੱਲਬਾਤ ਨਹੀਂ ਹੈ, ਤਾਂ ਫਿਰ ਜਿਹੜਾ ਇਹ ਦੇਸ਼ ਹੈ ਇਹਨਾਂ ਲੋਕਾਂ ਦੇ, ਇਹ ਲੋਕ ਹੀ ਚਲਾਉਣਗੇ, ਫੈਸਲੇ ਇਹਨਾਂ ਦੇ ਲਾਗੂ ਹੋਣਗੇ, ਆਹ ਜਿਹੜਾ ਐਡਾ ਵੱਡਾ ਇਕੱਠ ਦਿਖਾਈ ਦਿੰਦਾ। ਔਰ ਇਹ ਨਹੀਂ ਚੱਲਣ ਦੇਵਾਂਗੇ, ਨਹੀਂ ਚੱਲਣ ਦੇਣਗੇ ਜਿਹੜੇ ਲੋਕ ਹੈਗੇ। ਅੱਜ ਦਾ ਜਿਹੜਾ ਇਕੱਠ ਹੈਗਾ ਇਹ ਲੋਕਾਂ ਨੂੰ ਇੱਕ ਨਵਾਂ ਰਾਹ ਦਿਖਾਏਗਾ। ਰਾਮਲੀਲਾ ਗਰਾਊਂਡ ਦਿੱਲੀ ਤੋਂ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਨਵੀਂ ਰੋਸ਼ਨੀ ਅੱਜ ਜਾਏਗੀ। ਮੈਂ ਵੇਖ ਰਿਹਾ ਕਿ 800 ਕਿਲੋਮੀਟਰ ਤੋਂ ਯੂਪੀ ਤੋਂ ਪਤਾ ਨਹੀਂ ਕਦੋਂ ਦੇ ਚੱਲੇ ਹੋਏ ਲੋਕ ਇੱਧਰ ਆ ਬੈਠੇ ਹੈਗੇ, ਹਰਿਆਣਾ ਬੈਠਾ, ਪੰਜਾਬ ਬੈਠਾ, ਪੂਰਾ ਉੱਤਰੀ ਭਾਰਤ ਬੈਠਾ, ਦੱਖਣ ਵਾਲੇ ਬੈਠੇ ਨੇਗੇ, ਔਰ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਉਤਸ਼ਾਹ ਹੈ। ਅਤੇ ਇਹ ਉਤਸ਼ਾਹ ਜਿਹੜਾ ਇੱਕ ਨਵੀਂ ਰੋਸ਼ਨੀ ਦੀ ਕਿਰਨ ਹੈ ਸਾਡੇ ਲਈ ਅੱਜ। ਅਤੇ ਇਸ ਕਰਕੇ ਅਸੀਂ ਲੋਕਾਂ ਨੂੰ ਕਹਿੰਦੇ ਜਿਹੜੇ ਘਰਾਂ ਦੇ ਵਿੱਚ ਵੀ ਬੈਠੇ ਹੈ ਕਿ ਨਿੱਕੇ ਨਿੱਕੇ ਬਖਰੇਵੇਂ ਹੋ ਸਕਦੇ ਆ, ਜਥੇਬੰਦੀਆਂ 'ਚ ਵੀ ਹੁੰਦੇ ਆ, ਹੁਣ ਇਹ ਚਾਹੀਦੇ ਹੈ ਉਹਨਾਂ ਨੂੰ ਅੰਦਰ ਬੈਠ ਕੇ ਨਜਿੱਠ ਲੈਣ, ਪਰ ਇੱਕ ਦੂਜੇ ਨੂੰ ਠਿੱਬੀ ਮਾਰਨ ਦੀ ਬਜਾਏ ਕਿ ਮੈਂ ਆਪਦਾ ਕੱਦ ਵੱਡਾ ਕਰ ਲਾਂ, ਇਹ ਐਂ ਨਹੀਂ ਹੁੰਦਾ ਹੁੰਦਾ। ਜਦੋਂ ਇਹ ਲੜਾਈ ਐਡੀ ਗੰਭੀਰ ਹੋਵੇ ਤਾਂ ਫਿਰ ਉਦੋਂ ਨਾਰਾ ਇਹ ਦੇਣਾ ਬਣਦਾ ਕਿ ਅੱਜ ਸਮੇਂ ਦੀ ਵੱਡੀ ਲੋੜ, ਵਿਸ਼ਾਲ ਏਕਤਾ ਤਿੱਖੇ ਘੋਲ, ਵਿਸ਼ਾਲ ਏਕਤਾ ਉਸਾਰਨੀ ਪਏਗੀ ਅਤੇ ਤਿੱਖੇ ਹੋ ਕੇ ਅਤੇ ਤਿੱਖੇ ਘੋਲ ਲੜਦੇ ਪੈਣਗੇ। ਇਹ ਆਉਣ ਵਾਲਾ ਸਮਾਂ ਮੰਗ ਕਰ ਰਿਹਾ ਸਾਡੇ ਕੋਲੋਂ, ਇਸ ਕਰਕੇ ਹਾਂ ਵੋਟਾਂ ਰਾਹੀਂ ਐਂ ਨਹੀਂ, ਅਸੀਂ ਵੀ ਅੱਗੇ ਤਾਂ ਨਹੀਂ ਦੀ ਵੋਟਾਂ ਨਹੀਂ ਪਾਉਂਦੇ, ਵੋਟਾਂ ਵੀ ਪਾਵਾਂਗੇ ਐਤਕੀ, ਇਹਨੂੰ ਠੋਕ ਕੇ ਰੱਖਾਂਗੇ ਸਾਰੇ ਪਾਸੇ ਪੂਰੇ ਜ਼ਿਲ੍ਹਿਆਂ 'ਚ, ਕਿਸੇ ਨੂੰ ਨਹੀਂ ਛੱਡਦੇ। ਬਾਈ ਤੋਂ ਪੁੱਛ ਲਗਾ। ਅੱਛਾ, ਉਹ ਕਹਿੰਦੇ ਸੀ ਤੁਹਾਨੂੰ ਦਿੱਲੀ ਵੜਨ ਨਹੀਂ ਦੇਣਾ, ਤੁਸੀਂ ਕਿਵੇਂ ਆ ਗਏ ਦਿੱਲੀ? ਸਾਨੂੰ ਰੋਕੀ ਨਹੀਂ ਉਹਨੇ, ਉਹਨੂੰ ਪਤਾ ਲੱਗ ਗਿਆ ਵੀ ਹੁਣ ਹਟਦੇ ਦਾ ਹੈ ਨਹੀਂ, ਸਾਨੂੰ ਤਾਂ ਕਿਤੇ ਨਹੀਂ ਰੋਕਿਆ, ਮੌਜ ਨਾਲ ਆਇਆ। ਤੈਨੂੰ ਅਸੀਂ ਟੈਲੈਂਟ ਦਿਖਾਉਣ ਆਇਆ, ਇਸ ਤੋਂ ਬਾਅਦ ਟਰੈਟ ਵੀ ਇੱਥੇ ਆਉਣਗੇ, ਜਿਹੜੀ 24 ਦੀਆਂ ਵੋਟਾਂ ਨੇ ਇਹਦੀਆਂ, ਉਹ 24 ਦੇ ਵਿੱਚ ਮੈਂ ਬੰਗਾਲ 'ਚ ਹਰਾ ਕੇ ਆਏ ਗਏ ਅਤੇ ਬੈਠੇ 14 ਮਹੀਨੇ, ਸਾਡੇ ਜਵਾਨ, ਸਾਡੇ ਪੁੱਤਰ ਵੀ ਸ਼ਹੀਦ ਹੋਏ ਨੇ, ਮੇਰਾ ਵੀ ਪੁੱਤਰ ਸ਼ਹੀਦ ਹੋਇਆ। ਰੋ ਪਿਆ ਬਾਪੂ, ਗੱਲ ਨਹੀਂ ਹੋ ਪਾਈ, ਗਲਾ ਪਾਰ ਆਇਆ। ਬਾਪੂ ਕਿਉਂ ਰੋਏ ਹੋ, ਕੀ ਕਾਰਨ? ਫਿਰ ਉਹਨਾਂ ਮਾਪਿਆਂ ਨੇ ਰੋਣਾ ਹੀ ਆ, ਹੋਰ ਕੀ ਕਰਨਾ? ਅਸੀਂ ਆਪਣੇ ਮੋਦੀ ਨੂੰ ਸਮਝਣਾ ਚਾਹੀਦਾ, ਹੈ ਨਾ, ਮੋਦੀ ਨੂੰ ਸਮਝਣਾ ਚਾਹੀਦਾ। ਇੰਨੇ ਲੋਕ ਖੜੇ ਨੇ ਕਿਸੇ ਗੱਲ ਨਾਲ ਹੀ ਖੜੇ ਨੇ ਨਾ, ਉਸ ਆਪਦੀਆਂ ਮੰਗਾਂ ਮਨਾਉਣ ਵਾਸਤੇ ਆਏ ਆ। ਜੇ ਕਿਸਾਨ ਹੋਣਗੇ ਤਾਂ ਅਸੀਂ ਵੀਰ ਜੀ, ਮੇਰਾ ਤਾਂ ਜ਼ਰੂਰ ਇਹਦੇ ਪੂਰੇ ਲੈਬ ਪਾਇਓ। ਅਸੀਂ ਇੰਨੀਆਂ ਦੁਖੀਆਂ ਮਾਵਾਂ ਭੈਣਾਂ ਜਿੰਨੀਆਂ ਕਹਿੰਦੇ ਵੀ ਅਸੀਂ ਸੜਕਾਂ 'ਤੇ ਤਾਰਤੀਆਂ, ਜਿਹੜੇ ਸਾਡੇ ਨੌਜਵਾਨ ਪੁੱਤ ਨੇ ਅੱਜ ਮੁੱਕ ਗਏ, ਉਹਨਾਂ ਦੀਆਂ ਲਾਸ਼ਾਂ ਬਣ ਬਣ ਵੱਗ ਗਏ, ਇਹਨਾਂ ਦਲਦੇ ਅੱਕਰੂ ਅਸੀਂ ਦੇ ਗੋਲੇ ਸਿੱਟੇ, ਅਸੀਂ ਆਪਦੇ ਅੰਦੋਲਨ ਦੇ ਮਾਰੇ ਬੈਠੇ, ਆਪਦੇ ਉਸ ਦੇ ਮਾਰੇ ਬੈਠੇ, ਹੱਕਾਂ ਦੇ ਮਾਰੇ ਬੈਠੇ। ਕੀ ਗੱਲ ਵੀ ਅਸੀਂ ਬੰਦੇ ਨਹੀਂ? ਜਿੱਦਾਂ ਤੂੰ ਸਾਡੇ ਡਿੱਕੇ ਚੜ ਗਿਆ, ਅਸੀਂ ਤੈਨੂੰ ਆਪਦੇ ਦੇਸ਼ 'ਚ ਵੀ ਨਹੀਂ ਜਾਣ ਦੇਣਾ, ਪੰਜਾਬ 'ਚ ਨਿਕਲ ਨਹੀਂ ਦੇਣਾ। ਪਰ ਅਸੀਂ ਐਂ ਕਹਿੰਦੇ ਹਾਂ ਵੀ ਤੂੰ ਕਿਹੜੀ ਬਾਗ ਦੀ ਮੂਲੀ ਆ, ਪਰ ਸਾਡੇ ਨਾਲ ਸਮਝ ਨਾਲ ਸਹਿਜ ਮਤੇ ਨਾਲ ਤੂੰ ਸਾਡੇ ਨਾਲ ਸੰਘਰਸ਼ ਜਿੱਤ, ਸਾਡੇ ਜਿਹੜੇ ਮੰਗਾਂ ਨੇ ਥੁੱਕ ਸਿੱਟਿਆ ਉਹ ਦੁਬਾਰੇ ਚੱਟਿਆ, ਤੂੰ ਸਾਨੂੰ ਮੰਗਾਂ ਮੋੜ ਦੇ ਸਾਡੀਆਂ, ਅਸੀਂ ਆਪਦੇ ਆਪੋ ਆਪਣੇ ਘਰਾਂ ਨੂੰ ਤੁਰ ਜਾਵਾਂਗੇ। ਸਾਡਾ ਉਹ ਨੌਜਵਾਨ ਮੁੰਡਾ ਜਿਹੜਾ ਮਾਰਿਆ ਗਿਆ ਉੱਥੇ ਸ਼ੰਭੂ ਬਾਰਡਰ 'ਤੇ, ਅੱਜ ਸਾਨੂੰ ਉਹਨੂੰ ਦੇਖ ਕੇ, ਇਕੱਲੇ ਮਾਂ ਦੇ ਪੁੱਤ ਨੂੰ ਦੇਖ ਕੇ ਸਾਡੀਆਂ ਭਾਵਾਂ, ਜਿਹੜੇ ਨੋਟਾਂ ਦੇ ਲਾਸਾਂ ਬਣ ਬਣ ਕੇ ਨੇ, ਅਸੀਂ ਨੌਜਵਾਨ ਪੁੱਤ, ਅਸੀਂ ਆਰਥੀਆਂ ਫੂਕੀਆਂ ਨੇ, ਪਰ ਅਸੀਂ ਇੰਨੇ ਦੁਖੀ ਹਾਂ ਇਹ ਮੋਦੀ ਤੋਂ।
ਪੁੱਛਣ ਦੀ ਗੱਲ ਨਹੀਂ। ਸਾਡੇ ਨੌਜਵਾਨ ਪੁੱਤ ਸੀ ਜਿਹੜੇ ਉਹ ਅੱਜ ਨਸ਼ੇ ਦੇ ਧਾਰ 'ਤੇ ਤੁੱਕ ਗਏ, ਤਾਂ ਸਾਨੂੰ ਸੜਕਾਂ 'ਤੇ ਆਉਣਾ ਪਿਆ ਵੀਰ ਜੀ। ਸਾਨੂੰ ਕੋਈ ਸ਼ੌਂਕ ਨਹੀਂ ਸੀ, ਸਾਨੂੰ ਅੱਜ ਇੱਥੇ ਅੰਦੋਲਨ ਜਿੱਤਣ ਦੇ ਵਾਸਤੇ ਸਾਨੂੰ ਕੋਈ ਉਹ ਨਹੀਂ ਸੀ। ਅਸੀਂ ਪੰਜਾਬ ਦੇ ਵਿੱਚ ਬੀਜੇਪੀ ਨੂੰ 24 ਦੇ ਵਿੱਚ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਵਾਂਗੇ। ਪਰ ਅਕਾਲੀ ਦਲ ਤਾਂ ਬੀਜੇਪੀ ਨਾਲ ਗੱਠਜੋੜ ਕਰ ਰਿਹਾ। ਨਹੀਂ, ਜਿਹੜਾ ਅਕਾਲੀ ਦਲ ਹੈ ਨਾ, ਅਕਾਲੀ ਦਲ ਨੇ ਜਿਹੜੇ ਬਾਰਡਰ 'ਤੇ ਸੰਭੂ 'ਤੇ ਲਿਆਉਂਦੇ ਨਾ, ਉਹਦੀ ਜੜ ਦੇ ਕਾਰਨ ਆਏ ਨੇ। ਜਿਹੜਾ ਸਾਡਾ ਨੁਕਸਾਨ ਕਰਾਏਗਾ ਅਕਾਲੀ ਦਲ ਨਹੀਂ ਕਰਾਇਆ, ਇਹ ਸੰਭੂ ਬਾਰਡਰ 'ਤੇ ਜਿਹੜੇ ਹੁਣ ਬੈਠੇ ਨੇ ਸਾਡੇ ਕਿਸਾਨ ਕੁਝ ਵਖਰਾ ਕੇ ਇਹਨਾਂ ਨੇ ਇੱਧਰ ਤੋੜ 'ਤੇ ਬਾਰਡਰ 'ਤੇ। ਸਾਡਾ ਜਿਹੜਾ ਸੰਯੁਕਤ ਮੋਰਚਾ ਹੈਗਾ ਉਹ ਏਕਤਾ ਦੇ ਵਿੱਚ ਹੈਗਾ। ਅੱਜ ਤੁਸੀਂ ਦੇਖ ਰਹੇ ਹੋ ਸਾਰਾ ਇਕੱਠ ਹੈ, ਇਹ ਸੰਯੁਕਤ ਮੋਰਚਾ। ਜਦੋਂ ਸੰਯੁਕਤ ਮੋਰਚਾ ਆ ਗਿਆ, ਦਿੱਲੀ ਦੀ ਕਿਸੇ ਦੀ ਤਾਕਤ ਨਹੀਂ ਹੈਗਾ ਵੀ ਇਹ ਸੰਯੁਕਤ ਮੋਰਚੇ ਨੂੰ ਰੋਕ ਲੂ। ਸਾਰੇ ਹਿੰਦੁਸਤਾਨ ਦੇ ਵਿੱਚ ਫਿਰ ਜਿਹੜੇ ਅੱਡ ਕੀਤੇ ਆ ਉਹ ਅਕਾਲੀ ਦਲ ਵੀ ਨਾਲ ਨਹੀਂ, ਉਹ ਨਾਲ ਅਕਾਲੀ ਦਲ ਨੇ ਉਹਨਾਂ ਨੂੰ ਕੋਈ ਆਪਾਂ ਕਿਵੇਂ ਸ਼ਹਿ ਦੇ ਲੈਂਦੇ ਹਾਂ, ਇਸ ਲੋੜ 'ਤੇ ਸਾਨੂੰ ਵੀ ਪਤਾ ਲੱਗ ਰਿਹਾ ਵੀ ਇਹ ਕੌਣ ਨੇ, ਉਹ ਗਮਰਾਹ ਕੀਤੇ ਹੋਏ ਨੇ, ਸਾਨੂੰ ਪਤਾ ਲੱਗੀ ਜਾਂਦਾ। ਜਿਹੜਾ ਸੰਯੁਕਤ ਮੋਰਚਾ ਹੈ ਤੁਹਾਡੇ ਸਾਹਮਣੇ ਖੜ੍ਹਾ ਹੈ, ਉਹ ਸਹੀ ਲੜਾਈ ਲੜੂਗਾ। ਆ 24 ਦੀ ਮੋਦੀ ਨੂੰ ਉਹ ਸਬਕ ਸਿਖਾ ਦਾਂਗੇ ਹਿੰਦੁਸਤਾਨ ਦੇ ਵਿੱਚ, ਜਿਹੜਾ ਮਹਿਮਤਾ ਨੂੰ ਅਸੀਂ ਜਿੱਤਿਆ ਕਿਹਾ, ਜਿੱਤੇ ਮੋਦੀ ਨੂੰ ਹਰਾ ਕਿਹਾ ਸੀ।